ਕੀ ਪ੍ਰਧਾਨ ਮੰਤਰੀ ਬਾਜੇ ਕੇ ਦੀ ਤਬੀਅਤ ਖਰਾਬ ਹੈ ਔਰ ਕਦੋਂ ਉਹਨਾਂ ਨੂੰ ਮਿਲਿਆ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਮਾਤਾ ਪਿਤਾ ਭਗਵੰਤ ਸਿੰਘ ਬਾਜੇ ਕੇ ਦੇ ਮਾਤਾ ਪਿਤਾ ਉਹਨਾਂ ਨਾਲ ਗੱਲ ਕਰ ਲੈਣੇ ਆ ਸੱਚੀ ਕਾ ਭਾਈ ਜੀ ਭਾਈ ਜੀ ਪ੍ਰਧਾਨ ਮੰਤਰੀ ਬਾਜੇ ਕੇ ਭਗਵੰਤ ਸਿੰਘ ਐਨਐਸਏ ਲੱਗੀ ਹੋਈ ਹੈ ਡਿਬੂਗੜ ਜੇਲ੍ਹ ਦੇ ਵਿੱਚ ਬੰਨ ਜਾ ਹੈ ਤਬੀਅਤ ਖਰਾਬ ਹੋਈ ਹੈ ਕੋਈ ਉੱਥੋਂ ਜਾਣਕਾਰੀ ਆਈ ਤੁਹਾਨੂੰ ਸਾਨੂੰ ਤਾਂ ਤੁਹਾਡੇ ਪਹਿਲਾਂ ਇੱਥੇ ਜਾਣਕਾਰੀ ਆਪਣੇ ਪਪਲਪਰੀ ਦੀ ਕਰਦੀ ਸੀ ਉਹਨੇ ਦੱਸਿਆ ਵੀ ਵੀ ਉਹਦਾ ਪੇਟ ਖਰਾਬ ਹੈ ਹਾਂ ਤੇ ਇੰਨੀ ਗੱਲ ਦਾ ਪਤਾ ਲੱਗਾ। ਬੇਗਾਨ ਨਹੀਂ ਸਾਨੂੰ ਕੋਈ ਵੀ ਜਾਣਕਾਰੀ ਕਿਤੋਂ ਵੀ ਉੱਥੇ ਜੇਲ੍ਹ ਮੰਨੋ ਨਹੀਂ ਆਈ ਕਿਸੇ ਵੱਲ ਤੋਂ ਨਹੀਂ ਆਈ ਸਨ ਤੋਂ ਉਹਨਾਂ ਮਾਰੇ ਕੁੜੀ ਨੇ ਦੱਸਿਆ ਮੈਂ ਹਾਂ ਸਾਨੂੰ ਨਹੀਂ ਪੁੱਤ ਪਤਾ ਲੱਗਾ। ਉਹਨੇ ਵੀ ਇੱਥੇ ਮੈਂ ਇਹਦੇ ਮੋਬਾਈਲ ਤੇ ਵੇਖਿਆ। ਅੱਛਾ ਖਬਰਾਂ ਚੋਂ ਪਤਾ ਲੱਗਾ ਤੁਹਾਨੂੰ? ਆ ਖਬਰਾਂ ਚੋਂ ਲੱਗਾ ਪਤਾ ਸਾਨੂੰ। ਉੱਥੋਂ ਕੋਈ ਮੈਸੇਜ ਆਇਆ ਕੋਈ ਫੋਨ ਆਇਆ ਕਿਸੇ ਪ੍ਰਸ਼ਾਸਨ ਵੱਲੋਂ ਕਿਸੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਿ ਭਗਵੰਤ ਸਿੰਘ ਬਾਜੇ ਦੀ ਤਬੀਅਤ ਜਿਹੜੀ ਖਰਾਬ ਹੈ ਉਹਨੂੰ ਹਸਪਤਾਲ ਲਿਆਇਆ ਜਾਏਗਾ। ਨਹੀਂ ਸਾਨੂੰ ਨਹੀਂ ਉਹਨਾਂ ਮਨ ਨੂੰ ਕਿਸੇ ਵੱਨ ਵੀ ਆਇਆ। ਮੈਨੂੰ ਨਹੀਂ ਆਇਆ ਵੀ ਕੋਈ ਕੋਈ ਗੱਲਬਾਤ ਸਾਡੇ ਨਾਲ ਹੋਈ ਨਹੀਂ ਉਹਨਾਂ ਦੀ ਬਸ ਉਹਨਾਂ ਕੁੜੀ ਨੇ ਦੱਸਿਆ ਹੁਣ ਜਿਹੜੀ ਗੱਲ ਦੱਸੀ ਉਹ ਨਹੀਂ ਗਈ ਜੇ ਤੂੰ ਇਹ ਜਿਹਾ ਬਖਾ ਦਿੱਤੀ ਉਹਨੇ ਕਿਹਾ ਸੰਦਤਿਆ ਇਹ ਵੀ ਜਾਣਕਾਰੀ ਹੈ ਕਿ ਕੋਈ ਦਿਮਾਗੀ ਬਿਮਾਰੀ ਦੇ ਚੱਲਦੇ ਸਮੱਸਿਆਵਾਂ ਨੂੰ ਜਿਹਦੇ ਕਰਕੇ ਹਸਪਤਾਲ ਲੱਗੇ ਨਹੀਂ ਅੱਗੇ ਤਾਂ ਦਿਮਾਗੀ ਕੋਈ ਨਹੀਂ ਹੈਗੇ ਅੱਗੇ ਤਾਂ ਬਹੁਤ ਵਧੀਆ ਹੈ ਕੋਈ ਗੱਲ ਇਹੋ ਜੀ ਪਰੇਸ਼ਾਨੀ ਨਹੀਂ ਉਹਨੂੰ ਅਜੇ ਆਈ ਜੁਮਤੀਆਂ 30-35 ਸਾਲਾਂ ਦਾ ਉਹ ਚੱਲਿਆ ਉਹਨੂੰ ਕੋਈ ਗੱਲਬਾਤ ਹੀ ਨਹੀਂ ਹੋਈ ਇਹ ਨਾ ਉਹਨਾਂ ਨੂੰ ਤਾਂ ਪਤਾ ਨਹੀਂ ਉਹਨੇ ਜੋ ਮਰਜ਼ੀ ਜਿਹਾ ਨਹੀਂ ਪਤਾ ਹੀ ਨਹੀਂ ਕਿ ਉਹਨੂੰ ਆਪਾਂ ਕੀ ਕਹਿ ਸਕਨੇ ਆ ਫੋਨ ਕੋਈ ਨਹੀਂ ਆਇਆ ਨਹੀਂ ਫੋਨ ਕਾਇ ਨਹੀਂ ਕੋਈ ਨਹੀਂ ਆਇਆ ਫੋਨ ਨਹੀਂ ਆਇਆ ਫੋਨ ਆਇਆ ਤੇ ਪਤਾ ਹੋਵੇ ਵੀ ਆ ਗੱਲ ਦੇ ਆ ਬਾਤ ਆ ਉਹਨੂੰ ਬਿਮਾਰੀ ਇਹ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕੀ ਗੱਲ ਹੈ ਕੀ ਬਾਤ ਹੈ ਕੋਈ ਗੱਲ ਹੋਈ ਲਾਸਟ ਟਾਈਮ ਤੁਸੀਂ ਕਦੋਂ ਮਿਲੇ ਸੀਗੇ ਵਾਜੇ ਗਿਆ ਨੂੰ ਔਰ ਕੋਈ ਫੋਨ ਤੇ ਗੱਲ ਹੋਈ ਹੋਵੇ ਲਾਸਟ ਟਾਈਮ ਤਾਂ ਸਾਨੂੰ ਤਿੰਨ ਮਹੀਨੇ ਮਿੰਨਾ ਤਾਂ ਮਿਲਣ 23 ਤਿੰਨ ਮਹੀਨੇ ਹੋ ਚੱਲੇ ਨੇ ਉਦੋਂ ਬੜੀਏ ਬਹੁਤ ਬੜੀਏ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਉਦੋਂ ਚੜਦੀ ਕਲਾ ਜਹੀ ਸੀ ਅਸੀਂ ਵੀ ਚੜਦੀ ਕਲਾ ਜੇ ਕੋਈ ਨਹੀਂ ਏਦੀ ਗੱਲ ਉਹਨੇ ਨਾ ਕੋਈ ਬਿਮਾਰੀ ਦਿੱਤੀ ਨਾ ਕੋਈ ਦਿੱਤੀ ਬਹੁਤ ਵਧੀਆ ਸੀ ਉਦੋਂ ਕਹੇ ਤਿੰਨ ਘੰਟੇ ਢਾਈ ਤਿੰਨ ਘੰਟੇ ਬੈਠੇ ਰਹੇ ਕੋਈ ਗੱਲਬਾਤ ਨਹੀਂ ਇਹੋ ਜਿਹੀ ਬਸ ਆਪ ਦੀਆਂ ਗੱਲਾਂ ਬਾਤਾਂ ਜਿਹੜੀਆਂ ਕਰਦੀਆਂ ਕੀਤੀਆਂ ਕੀਤੀਆਂ ਜਿਹੜੀਆਂ ਕੋਈ ਰੋਗੀ ਹੁੰਦੀਆਂ ਨੇ ਤਿੰਨ ਮਹੀਨੇ ਬਾਅਦ ਹੁਣ ਕੋਈ ਗੱਲ ਨਹੀਂ ਹੋਈ ਤਿੰਨ ਮਹੀਨੇ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਉਦੋਂ ਦੀ ਉਦੋਂ ਦੇ ਜਿਹੜਾ ਪਹਿਲਾਂ ਸਾਨੂੰ ਫੋਨ ਆ ਜਾਂਦਾ ਰਹਿੰਦੇ ਸੀ ਤਿੰਨ ਮਹੀਨੇ ਹੋ ਚਲੇ ਨੇ ਜਦੋਂ ਮੈਂ ਗਿਆ ਉਦੋਂ ਪਹਿਲਾਂ ਦੇ ਫੋਨ ਨੇ ਨਾ ਬੰਦ ਕੀਤੇ ਹੋਏ ਨੇ ਇੱਕ ਸਰਕਾਰ ਨੇ ਅਗੇ ਸਰਕਾਰੀ ਕਰਾਂ ਦੀ ਹੰਦਰੋਂ ਫੋਨ ਕਰਾਂਦੇ ਸੀ ਅਠੀਂ ਦਿਨੀ ਬਈ ਕਰਾਂਦੇ ਸੀ ਫੋਨ ਬਈ ਕਰੀ 20 ਮਿੰਟ ਕਰੀ ਅੱਧਾ ਘੰਟਾ ਮਾਹੀ ਤਾਂ ਵਾਰੀ ਨਾ ਸਾਰਿਆਂ ਦੇ ਕਰਾਂਦੇ ਸੀ ਦਹਾ ਬੰਦਿਆਂ ਦੇ ਵਾਰੀ ਨਾ ਫੋਨ ਕਰਾਂਦੇ ਸੀ ਉਦੋਂ ਪਿੱਛੇ ਉਹਨਾਂ ਫੋਨ ਬੰਦ ਕਰਦੇ ਉਦੋਂ ਪਿੱਛੇ ਫੋਨ ਨਹੀਂ ਤਾਈ 3 ਮਹੀਨੇ ਉਹ ਚੱਲੇ ਆ ਨਹੀਂ ਫੋਨ ਨਹੀਂ ਆਇਆ ਸਨ ਕੋਈ ਸੁਖਸ ਨੇ ਆਇਆ ਹੋਵੇ ਕੋਈ ਗਿਆ ਹੋਵੇ ਹੋਰ ਉੱਥੇ ਮਿਲਣ ਕਿਸੇ ਨੂੰ ਉਹਨੇ ਦੱਸਿਆ ਹੋਵੇ ਜਾਂ ਭਗਵੰਤ ਸਿੰਘ ਬਾਜੇ ਕੇ ਨਾਲ ਕੋਈ ਗੱਲਬਾਤ ਹੋਈ ਹੋਵੇ ਕਿਸ ਤਰ੍ਹਾਂ ਦੇ ਹਾਲਾਤ ਸੀ ਕਿਸ ਤਰ੍ਹਾਂ ਦੀ ਤਬੀਅਤ ਸੀ ਉਹ ਸਾਨੂੰ ਉਹਨਾਂ ਦਾ ਮਾਪਿ ਹੋ ਗਿਆ ਸੀ ਉਹਨਾਂ ਦਾ ਮੇਰੇ ਤੋਂ ਵਧੀਆ ਮਿਲਿਆ ਬਈ ਅਸੀਂ ਕਿਹਾ ਦੋ ਬੰਦੇ ਸਾਡੇ ਰਹਿੰਦੇ ਨੇ ਉਹ ਵੀ ਉਹਨਾਂ ਦੇ ਪ੍ਰਜਾਸ਼ਨ ਨੂੰ ਆਖਿਆ ਕਿਦਾ ਕਿਦਾ ਮਾਪਿ ਹੋ ਗਿਆ ਸੀ ਆਪਣੇ ਅੰਮ੍ਰਿਤਪਾਲ ਦਾ ਬਈ ਉਹ 체 ਗਿਆ ਸੀ ਉਹਨੂੰ ਮਿਲਣਾ ਤੇ ਉਹ ਆਂਦਾ ਵੀ ਉਹਨਾਂ ਨੂੰ ਮਲਾ ਦਿੱਤਾ ਹੈ ਉਹ ਦੋ ਚਾਰ ਮਿੰਟ ਮਿਲੇ ਹੋਣਗੇ ਜਦੋਂ ਅਸੀਂ ਬਹੁਤ ਵਧੀਆ ਉਦੋਂ ਨਹੀਂ ਕੋਈ ਗੱਲ ਸਾਨੂੰ ਉਹਨਾਂ ਇਹੋ ਜਿਹੀ ਦੱਸੀ ਵੀ ਉਹਨੂੰ ਕੋਈ ਗੱਲ ਹੈ ਕੋਈ ਬਿਮਾਰ ਸੀ ਕੋਈ ਮਾਰ ਸੀ ਉਦੋਂ ਨਹੀਂ ਕੋਈ ਗੱਲ ਉਹਨਾਂ ਦੀ ਕੋਈ ਗੱਲ ਹੋਈ ਬੱਜ ਕੇ ਵੀ ਆਹ ਗੱਲੋਂ ਨਹੀ ਇਹੋ ਇਸੋ ਖਾਂਦੇ ਰਹੇ ਨਾ ਵੀ ਜਦੋਂ ਨਾ ਮਿਲ ਦਿੰਦੇ ਨੇ ਬਈ ਜੇ ਬਿਨਾ ਮਰਬ ਤੂੰ ਉਹਨਾਂ ਆਖਿਆ ਮੈਂ ਮਲਾ ਦਿਓ ਦੋ ਬੰਦੇ ਮਿਲਣ ਆ ਰਹੇਗੇ ਉਹਨਾਂ ਨੂੰ ਵੀ ਸਾਨੂੰ ਮਲਾ ਦਿਓ ਚਲੋ ਉਹ ਚੰਗੇ ਹੀ ਪੁਲਸ ਵਾਲੇ ਜੇ ਚੰਗੇ ਨੂੰ ਨਾ ਮਲਾ ਦੇ ਤਾਂ ਦੋ ਚਾਰ ਮਿੰਟ ਕੋਈ ਕੋਨੇ ਦੱਸਿਆ ਕੋਈ ਪਰੇਸ਼ਾਨੀ ਕੋਈ ਦਿੱਕਤ ਉੱਥੇ ਕਿਸ ਤਰ੍ਹਾਂ ਦੀ ਕੋਈ ਨਹੀਂ ਸਾਨੂੰ ਨਹੀਂ ਉਹਨਾਂ ਦੱਸੀ ਸੰ ਤਾਂ ਉਹਨਾਂ ਆਖਿਆ ਬਹੁਤ ਵਧੀਆ ਉਦੋਂ ਤਾਂ ਉਹਨਾਂ ਖ ਕੋਈ ਗੱਲ ਬਾਹਰ ਨਹੀਂ ਕੋਈ ਹਨ ਆਸਾ ਘੇਰ ਦਾ ਮਿਲਿਆ ਹੁਣ ਅਸੀਂ ਅੱਜ ਕਹਿ ਨਹੀਂ ਸਕਦੇ ਕੋਈ ਗੱਲ ਸੰਮੇਹ ਦੇ ਬਾਅਦ ਨਹੀਂ ਹੋ ਗਾ ਪਤ ਉਤੋਂ ਕੋਈ ਫੋਨ ਨਹੀਂ ਆਇਆ ਨਹੀਂ ਉਥੋਂ ਇਹ ਚ ਕੋਈ ਫੋਨ ਨਹੀਂ ਆਇਆ ਕੋਈ ਸਾਨੂੰ ਕਹੇ ਦੱਸਿਆ ਨਹੀਂ ਬਿਮਾਰ ਹੈ ਕੀ ਹੈ ਕੀ ਨਹੀਂ ਕਿੰਨੀ ਦੇਰ ਬਾਅਦ ਤੁਸੀਂ ਮਿਲਣ ਜਾਂਦੇ ਸੀਗੇ ਉਹਨੂੰ ਮਿਲਣ ਦਿੰਦੇ ਸੀਗੇ ਜਾਂ ਕਿਵੇਂ ਮਿਲਦੇ ਸੀਗੇ ਉਹ ਤਾਂ ਅਸੀਂ ਮਹੀਨੇ ਡੇਢ ਦੋ ਮਹੀਨੇ ਮਿਲ ਆਉਂਦੇ ਹਾਂ ਉਹਨੂੰ ਵਧੀਆ ਮਿਲਣ ਦਿੰਦੇ ਸੀ ਬੇ ਘੰਟਾ ਡੂੜ ਘੰਟਾ ਮੈਂ ਤਿੰਨ ਘੰਟੇ ਢਾਈ ਮਿਲ ਦਿੰਦਾ ਸੀ ਮਿਲਦੀ ਕੋਈ ਨਹੀਂ ਬਜੇ ਉਹਥੇ ਜਾਈਦਾ ਹਾਂ ਮਲਾ ਦਿੰਦੇ ਆ ਬਿਆਪ ਦੇ ਪਰਮਿਸ਼ਨ ਲੈ ਕੇ ਇੱਥੋਂ ਜਾਈਦਾ ਹਾਂ ਡੀਸੀ ਤੋਂ ਤੇ ਉਹ ਫਿਰ ਉੱਥੇ ਸਾਨੂੰ ਮਲਾ ਦਿੰਦੇ ਹੀ ਈਮੇਲ ਕਰ ਦਿਜੀ ਇਸ ਤੋਂ ਕਰੋ ਉਨ ਕੋਈ ਪ੍ਰੋਗਰਾਮ ਬਣਿਆ ਤੁਹਾਡਾ ਜਾਣਦਾ ਜਾਂ ਕਿਸੇ ਨਾਲ ਉੱਥੇ ਗੱਲ ਹੋਈ ਵੀ ਅੱਜ ਜਦੋਂ ਤੁਹਾਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਬਾਜੇਕੇ ਦੀ ਤਬੀਅਤ ਖਰਾਬ ਹੋਈ ਹੈ ਉਸ ਤੋਂ ਬਾਅਦ ਕਿਸੇ ਨਾਲ ਗੱਲ ਹੋਈ ਨਹੀਂ ਸਾਡੀ ਨਹੀਂ ਗੱਲ ਕਿਸੇ ਨਾਲ ਵੀ ਉੱਥੇ ਸਾਡਾ ਹੈਗਾ ਕੋਈ ਨਹੀਂ ਸਾਡੀ ਗੱਲ ਕਿੰਦੇ ਨਾ ਹਣੀ ਕਿਹੜਾ ਸਾਡਾ ਉੱਥੇ ਰਿਹਾ ਦਰਤੀ 3300 ਕਿਲੋਮੀਟਰ ਹੈ ਇੱਥੇ ਦੂਰੇ ਉੱਥੇ ਗੱਲਬਾਤ ਕਾਹੀ ਹੋਣੀ ਇੱਥੋਂ ਇੱਥੇ ਕਿਹੜੀਆਂ ਜੇਲਾਂ ਥੋੜੀਆਂ ਹੀ ਸਾਡੇ ਮੁੰਡੇ ਕਿਹੜਾ ਕਰਾਇਆ ਕੀਤਾ ਹੈ ਕੋਈ ਦਸਨ ਕਰਾਇਆ ਕੀਤਾ ਹੈ ਦੋਨੇ ਲੋਕਾਂ ਦੇ ਜਗਜਾਹ ਕਰ ਨਹੀਂ ਹੁਣ ਵੀ ਆਣੇ ਜੇ